ਕੋਈ ਗੱਲ ਨਹੀਂ, ਕਹਿੰਦੇ ਕੋਈ ਨਾ, ਜਦੋਂ ਗਲਤ ਹੋਇਆ ਉਦੋਂ ਮੈਂ ਤੈਨੂੰ ਆਪ ਬੋਲ ਦੂੰ, ਪਰ ਤੂੰ ਜੋ ਕਰਦੀ ਆ ਕੱਲ ਆ ਤੇਰੀ ਇੱਛਾ ਆ। ਉਹਨਾਂ ਨੇ ਮੈਨੂੰ ਹਮੇਸ਼ਾ ਮੁੰਡਿਆਂ ਵਾਂਗੂ ਰੱਖਿਆ ਆ ਅਤੇ ਕਦੇ ਇੱਦਾਂ ਬੋਲੇ ਨਹੀਂ ਆ। ਬਹੁਤ ਜ਼ਿਆਦਾ ਮੈਨੂੰ ਮੈਸੇਜ ਕੀਤੇ, ਸ਼ੁਕਰੀਆ ਤੁਸੀਂ ਵੀ ਆਪਣੇ ਹਸਬੈਂਡ ਦੀ ਵੀਡੀਓ ਅਪਲੋਡ ਕੀਤੀ ਆ, ਥੋੜ੍ਹੀ ਜਿਹੀ ਕੀਤੀ ਆ, ਨੈਕਸਟ ਟਾਈਮ ਤਾਂ ਜ਼ਿਆਦਾ ਕਰਿਓ। ਇੰਨੀਆਂ ਰੀਲਸ ਬਣਾਈਆਂ ਹੋਈਆਂ ਸੀਗੀਆਂ, ਵੀਡੀਓਜ਼ ਬਣਾਈਆਂ ਹੋਈਆਂ ਸੀ, ਸਾਰੀਆਂ ਇੱਦਾਂ ਹੀ ਖਰਾਬ ਗਈਆਂ। ਬਾਅਦ ਵਿੱਚ ਫਿਰ ਪੱਬਜੀ ਦਾ ਸ਼ੌਂਕ ਪੈ ਗਿਆ, ਲੋਕਡਾਊਨ ਲੱਗ ਗਿਆ ਸੀ ਅਤੇ ਫਿਰ ਬਸ ਇੱਦਾਂ ਹੀ। ਉਸ ਟਾਈਮ ਮੇਰੇ ਕੋਲ ਐਂਡਰਾਇਡ ਫੋਨ ਸੀਗਾ, ਮੈਂ ਫਿਰ ਆਪਣੇ ਪੈਸੇ ਜੋੜ ਕੇ ਫਿਰ ਮੈਂ ਆਈਫੋਨ ਲਿਆ। ਆਈਫੋਨ ਲੈ ਕੇ ਫਿਰ ਮੈਂ ਉਸ ਤੋਂ ਬਾਅਦ ਰੈਗੂਲਰੀ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ। ਮੈਂ ਤਾਂ ਇੰਨੀ ਹੈਰਾਨ ਹੋਈ ਸੀ ਨਾ, ਮੈਨੂੰ ਮਤਲਬ ਕਿ ਸੋਚ ਮੈਂ ਸਮਝ ਨਹੀਂ ਆ। ਮੈਂ ਤਾਂ ਉਹਨੂੰ ਵੀਡੀਓ ਨੂੰ ਹੀ ਬਹੁਤ ਵਾਰੀ ਦੇਖਿਆ ਕਿ ਮੇਰੀ ਵੀਡੀਓ ਆ ਜਿਹੜੀ ਇੰਨੀ ਜ਼ਿਆਦਾ ਵਾਇਰਲ ਹੋਈ ਆ। ਫਸਟ ਟਾਈਮ ਜਦੋਂ ਹੋਈ ਸੀ ਬਹੁਤ ਜ਼ਿਆਦਾ ਖੁਸ਼ ਹੋਈ ਸੀ, ਫਿਰ ਮੈਂ ਮਤਲਬ ਕਿ ਸੋਚਿਆ ਹਾਂ ਨਹੀਂ ਮੈਂ ਇਹਨੂੰ ਰੈਗੂਲਰੀ ਕਰਨਾ ਚਾਹੀਦਾ ਵੀਡੀਓਜ਼ ਨੂੰ। ਉਹਨਾਂ ਨੂੰ ਸ਼ੌਂਕ ਨਹੀਂ ਹੈਗਾ ਵੀਡੀਓਜ਼ ਬਣਾਉਣ ਦਾ, ਉਹ ਬਹੁਤ ਜ਼ਿਆਦਾ ਸੰਗਦੇ ਆ। ਥੋੜ੍ਹੇ ਦਿਨ ਪਹਿਲਾਂ ਵੀ ਮੈਂ ਕਿਹਾ ਸੀ ਉਹਨਾਂ ਨੂੰ, ਮੋਬਾਈਲ ਦਿੱਤਾ ਉਹਨਾਂ ਦੇ ਹੱਥ 'ਚ, ਮੈਂ ਕਿਹਾ ਚਲੋ ਵੀਡੀਓਜ਼ ਬਣਾਈ, ਹੱਸੀ ਆਉਂਦੇ ਸੀਗੇ, ਵੀਡੀਓ ਤਾਂ ਬਣਾਈ ਨਹੀਂ। ਉਹਨਾਂ ਨੇ ਕਹਿੰਦੇ ਨਹੀਂ ਮੇਰੇ ਕੋਲ ਕੰਮ ਇਹ ਨਹੀਂ ਹੋਣਾ ਹੈਗਾ। ਅਤੇ ਹੁਣ ਆਪਣੇ ਹਸਬੈਂਡ ਕਦੋਂ ਲੈ ਕੇ ਆ ਰਹੇ ਤੁਸੀਂ ਰੀਲਾਂ ਦੇ ਵਿੱਚ? ਹਸਬੈਂਡ ਦੀ ਮੈਂ ਵੀਡੀਓ ਅਪਲੋਡ ਇੱਕ ਕੀਤੀ ਤਾਂ ਹੋਈ ਆ, ਹੁਣ ਹੌਲੀ ਹੌਲੀ ਟਰਾਈ ਕਰਦੀ ਹਾਂ ਕਿ ਉਹਨਾਂ ਨੂੰ ਲੈ ਕੇ ਆਵਾਂ ਜਲਦੀ। ਮੇਰੇ ਮੰਮੀ ਪਾਪਾ ਅਲੱਗ ਹੋਣ ਤੋਂ ਬਾਅਦ ਲਾਈਫ ਬਹੁਤ ਜ਼ਿਆਦਾ ਖਰਾਬ ਹੋਈ ਸਾਡੀ ਦੋਨਾਂ ਭੈਣਾਂ ਦੀ। ਮੇਰੇ ਤੋਂ ਛੋਟਾ ਮੇਰਾ ਬ੍ਰਦਰ ਸੀਗਾ, ਉਹਨਾਂ ਦੀ ਡੈਥ ਹੋ ਗਈ ਸੀਗੀ, ਅਤੇ ਡੈਥ ਹੋਣ ਤੋਂ ਬਾਅਦ ਫਿਰ ਮੇਰੀ ਛੋਟੀ ਸਿਸਟਰ ਜਦੋਂ ਹੋਈ ਆ, ਮੇਰੇ ਦਾਦੀ ਜੀ ਨੇ ਬਹੁਤ ਜ਼ਿਆਦਾ ਮੰਮੀ ਨੂੰ ਬੋਲਿਆ ਕਿ ਨਹੀਂ ਸਾਨੂੰ ਮੁੰਡਾ ਹੀ ਚਾਹੀਦਾ ਹੈ, ਸਾਨੂੰ ਕੁੜੀ ਨਹੀਂ ਚਾਹੀਦੀ ਹੈਗੀ। ਪਾਪਾ ਨੇ ਮੰਮੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਅਤੇ ਮੇਰੇ ਨਾਨਾ ਜੀ ਲੈ ਗਏ ਸੀਗੇ ਮੰਮਾ ਨੂੰ ਅਤੇ ਸਾਨੂੰ। ਫਿਰ ਮੇਰੇ ਨਾਨਾ ਜੀ ਦੇ ਘਰ ਆ ਕੇ ਬਹੁਤ ਜ਼ਿਆਦਾ ਲੜਾਈਆਂ ਕਰਦੇ ਸੀ ਕਿ ਮੈਂ ਮਰ ਜਾਣਾ ਆ ਜਾਂ ਇੱਦਾਂ ਉੱਦਾਂ, ਧਮਕੀਆਂ ਬਹੁਤ ਦੇਣ ਲੱਗ ਗਏ ਸੀਗੇ। ਅਤੇ ਬਾਅਦ ਵਿੱਚ ਫਿਰ ਮੰਮੀ ਇੱਕ ਵਾਰੀ ਫਿਰ ਚਲੇ ਗਏ ਸੀਗੇ, ਫਿਰ ਸਾਨੂੰ ਵਾਪਸ ਲੈ ਜਾਂਦੇ, ਉਦੋਂ ਫਿਰ ਕੁੱਟਮਾਰ ਹੋਈ ਸੀ। ਉਸ ਤੋਂ ਬਾਅਦ ਅਸੀਂ ਵਾਪਸ ਗਏ ਨਹੀਂ, ਉਹ ਵੀ ਜਿੱਦਾਂ ਨਾ ਸਾਨੂੰ ਧੱਕੇ ਮਾਰ ਕੇ ਉਹਨਾਂ ਨੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ, ਕਹਿੰਦੇ ਨਹੀਂ ਸਾਨੂੰ ਕੁੜੀਆਂ ਨਹੀਂ ਚਾਹੀਦੀਆਂ ਹੈਗੀਆਂ। ਅਤੇ ਉਸ ਤੋਂ ਬਾਅਦ ਫਿਰ ਨਾਨਾ ਜੀ ਨੇ ਸਾਨੂੰ ਰੱਖ ਲਿਆ ਸੀਗਾ ਕੋਲ, ਅਤੇ ਉਹਨਾਂ ਨੇ ਫਿਰ ਕਿਹਾ ਵੀ ਨਹੀਂ ਕੋਈ ਨਾ ਅਸੀਂ ਤੁਹਾਨੂੰ ਨਾਲ ਰੱਖਾਂਗੇ। ਜਦੋਂ ਕੁੜੀ ਹੁੰਦੀ ਆ ਉਦੋਂ ਫਿਰ ਬੋਲਦੇ ਆ, ਫਿਰ ਜਦੋਂ ਮੁੰਡਾ ਹੋਇਆ ਮੁੱਕ ਗਿਆ ਉਹ ਫਿਰ ਕਹਿਣ ਲੱਗ ਗਏ ਵੀ ਨਹੀਂ ਇਹ ਸਾਡੀ ਗਲਤੀ ਨਹੀਂ ਹੈਗੀ, ਗਲਤੀ ਉਹਨਾਂ ਦੀ ਸੀ। ਮਤਲਬ ਕਿ ਉਹ ਹੋਸਪਿਟਲ ਟਾਈਮ ਸਿਰ ਲੈ ਕੇ ਹੀ ਨਹੀਂ ਗਏ ਉਹਨਾਂ ਨੂੰ, ਅਤੇ ਤਾਂ ਕਰਕੇ ਫਿਰ ਉਹਨਾਂ ਦੀ ਡੈਥ ਹੋ ਗਈ ਮੇਰੇ ਬ੍ਰਦਰ ਦੀ। ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਹੁੰਦੀ ਸੀਗੀ ਵੀ ਹੁੰਦਾ ਕੀ, ਵਿਆਹ ਆ ਕਿਉਂ ਇੱਦਾਂ ਹੁੰਦੀ ਆ, ਮੰਮੀ ਦੀ ਗਲਤੀ ਕੀ ਆ ਜਾਂ ਕਿੱਦਾਂ ਆ। ਫਿਰ ਉਸ ਤੋਂ ਬਾਅਦ ਫਿਰ ਸਾਨੂੰ ਤਾਂ ਕਮਰੇ 'ਚ ਬੰਦ ਕਰ ਦਿੰਦੇ ਹੁੰਦੇ ਸੀਗੇ ਜਦੋਂ ਲੜਦੇ ਹੁੰਦੇ ਸੀਗੇ ਉਹ। ਤੇ ਜਦੋਂ ਤੁਹਾਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਸੀ, ਕੀ ਸਥਿਤੀ ਸੀ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਉਸ ਟਾਈਮ? ਮੇਰੇ ਮੰਮਾ ਜੀ ਤਾਂ ਬਹੁਤ ਜ਼ਿਆਦਾ ਸੀ, ਟੁੱਟੇ ਹੋਏ ਸੀਗੇ, ਅਤੇ ਮੇਰੇ ਨਾਨਾ ਜੀ ਵੀ ਕਹਿੰਦੇ ਸੀ ਵੀ ਰੱਖ ਲਓ ਉਹਨਾਂ ਨੂੰ, ਤੁਹਾਡੇ ਪੁੱਤ ਹੀ ਆ। ਪਰ ਉਹਨਾਂ ਨੇ ਕਹਿਤਾ ਸੀ ਵੀ ਨਹੀਂ ਅਸੀਂ ਰੱਖਣਾ ਨਹੀਂ ਹੈਗਾ ਉਹਨਾਂ ਨੂੰ। ਮੇਰੇ ਦਾਦਾ ਦਾਦੀ ਅਤੇ ਮੇਰੇ ਪਾਪਾ ਨੂੰ ਕਿਸੇ ਨੂੰ ਵੀ ਪਤਾ ਨਾ ਲੱਗੇ। ਮੇਰੇ ਮੰਮਾ ਬਹੁਤ ਡਰਦੇ ਇਸ ਗੱਲ ਤੋਂ ਵੀ ਉਹਨਾਂ ਨੇ ਆ ਕੇ ਬਹੁਤ ਜ਼ਿਆਦਾ ਕੰਮ ਖਰਾਬ ਕਰਨਾ ਸੀਗਾ ਵਿਆਹ ਦਾ ਸਾਡਾ, ਤਾਂ ਕਰਕੇ ਫਿਰ ਅਸੀਂ ਸਿਰਫ ਲਾਵਾਂ ਲਈਆਂ, ਕੁਛ ਲੈਣ ਦੇਣ ਨਹੀਂ ਕੀਤਾ, ਕੁਛ ਵੀ ਨਹੀਂ ਕੀਤਾ, ਅਸੀਂ ਸਿੰਪਲ ਵਿਆਹ ਕੀਤਾ। ਅਤੇ ਉਦੋਂ ਮੈਂ ਜੋਬ 'ਤੇ ਸੀਗੀ, ਮੈਨੂੰ ਮੇਰੀ ਸਿਸਟਰ ਦਾ ਫੋਨ ਆਇਆ, ਕਹਿੰਦੇ ਆਪਣੇ ਪਾਪਾ ਆ ਗਏ ਆ। ਅਤੇ ਮੈਂ ਕਿਹਾ ਵੀ ਮੈਨੂੰ ਲੱਗਾ ਸ਼ਾਇਦ ਮਜ਼ਾਕ ਕਰਦੀ ਹੋਣੀ ਆ, ਨਹੀਂ ਕਹਿੰਦੀ ਸੱਚੀ ਆਏ ਹੋਏ ਆ। ਅਤੇ ਮੈਂ ਘਰ ਉੱਧਰ ਨਹੀਂ ਗਈ ਸੀ, ਫਿਰ ਮੈਂ ਆਪਣੇ ਉੱਧਰ ਆਪਣੇ ਹਸਬੈਂਡ ਕੋਲ ਚਲੀ ਗਈ ਸੀਗੀ। ਮੈਂ ਉਹਨਾਂ ਨੂੰ ਨਹੀਂ ਦੇਖਣਾ ਚਾਹੁੰਦੀ ਨਾ, ਮੈਨੂੰ ਮੇਰੇ ਨਾਲ ਗੱਲ ਵੀ ਕਰਨਾ ਚਾਹੁੰਦੇ ਆ ਜਾਂ ਕਿੱਦਾਂ, ਮੈਂ ਪਰ ਉਹਨਾਂ ਨਾਲ ਗੱਲ ਨਹੀਂ ਕਦੇ ਕੀਤੀ ਹੈਗੀ। ਲੋਕ ਲੋਕ ਕੇ ਮੰਮੀ ਨੂੰ ਰੋਂਦਿਆਂ ਨੂੰ ਵੀ ਦੇਖਿਆ ਆ, ਇਹ ਵੀ ਦਿਨ ਦੇਖਿਆ ਵੀ ਕਿਸੇ ਦਿਨ ਘਰ ਰੋਟੀ ਤੱਕ ਖਾਣ ਨੂੰ ਪੈਸੇ ਨਹੀਂ ਸੀ ਹੁੰਦੇ ਸਾਡੇ ਕੋਲ।
ਇਹ ਵੀ ਅਸੀਂ ਦਿਨ ਦੇਖੇ ਆ। ਸਾਡੇ ਸਾਹਮਣੇ ਉਹ ਕਦੇ ਨਹੀਂ ਰੋਏ, ਉਹ ਮਤਲਬ ਕਿ ਇਹੀ ਆ, ਉਹ ਸਾਡੇ ਸਾਹਮਣੇ ਇੱਦਾਂ ਰਹਿੰਦੇ ਆ ਵੀ ਹਾਂ ਵੀ ਮੈਂ ਠੀਕ ਹਾਂ, ਬਸ ਮੈਨੂੰ ਕੁਛ ਨਹੀਂ ਹੋਇਆ ਹੈਗਾ, ਵਿਆਹ ਤੋਂ ਬਾਅਦ ਤਾਂ ਜ਼ਿੰਦਗੀ ਵਧੀਆ ਆ। ਪਰ ਇਹ ਆ ਵੀ ਜੋ ਕੁਛ ਹੋਇਆ ਆ ਉਹ ਅੱਜ ਵੀ ਚੇਤੇ ਆ ਜਾਂਦਾ ਨਾ, ਮੈਂ ਆਪਣੇ ਹਸਬੈਂਡ ਨੂੰ ਵੀ ਦੱਸਦੀ ਹੁੰਦੀ ਹਾਂ, ਉਹ ਬਸ ਇਹੀ ਕਹਿ ਦਿੰਦੇ ਖੁਸ਼ੀ ਜੋ ਹੋ ਗਿਆ ਹੁਣ ਆਪਾਂ ਮੰਮੀ ਨੂੰ ਕੋਈ ਦੁੱਖ ਨਹੀਂ ਆਉਣ ਦੇਣਾ ਹੈਗਾ। ਮੇਰੇ ਹਸਬੈਂਡ ਨੂੰ ਇਹ ਪਸੰਦ ਨਹੀਂ ਆ ਵੀ ਕੋਈ ਕੁਛ ਬੋਲੇ, ਮੈਂ ਮੇਰੀ ਆਦਤ ਆ ਮੈਂ ਬੋਲ ਦਿੰਦੀ ਹਾਂ, ਮੈਂ ਕਹਿ ਦਿੰਦੀ ਹਾਂ, ਫਿਰ ਪਤਾ ਕੋਈ ਮੁੰਡਾ ਗਲਤ ਬੋਲਦਾ ਹੈ ਤਾਂ ਫਿਰ ਅੱਗੇ ਕੁੜੀ ਬੋਲ ਦਿੰਦੀ, ਫਿਰ ਕਹਿ ਦਿੰਦੇ ਕੁੜੀ ਗਲਤ ਆ। ਕਮੈਂਟ ਜੋ ਮਰਜ਼ੀ ਕਰ ਦਿਉ ਬਿਨਾਂ ਸੋਚੇ ਸਮਝੇ, ਅਗਲਾ ਮੁਰੇ ਉਹਦੇ ਕੀ ਫੀਲ ਕਰੂੰਗਾ ਕੀ ਫੀਲ ਨਹੀਂ ਕਰੂੰਗਾ ਕੁਛ ਨਹੀਂ। ਮੈਨੂੰ ਇਹ ਵੀ ਕਹਿ ਦਿੰਦੇ ਵੀ ਤੁਸੀਂ ਮੈਮ ਲਾਈਵ ਹੋਇਆ ਕਰੋ, ਮੈਂ ਇਹਨਾਂ ਗੱਲਾਂ ਕਰਕੇ ਲਾਈਵ ਵੀ ਨਹੀਂ ਹੁੰਦੀ ਹੈਗੀ, ਮੈਨੂੰ ਪਤਾ ਮੁੰਡੇ ਕਿੱਦਾਂ ਦੇ ਕਮੈਂਟ ਕਰਦੇ ਆ। ਹਾਲਾਂਕਿ ਮੈਂ ਕਦੇ ਕੁਛ ਇੱਦਾਂ ਦੀ ਡਰੈਸ ਨਹੀਂ ਪਾਈ, ਮੈਂ ਹਮੇਸ਼ਾ ਸੂਟਾਂ ਵਿੱਚ ਹੀ ਵੀਡੀਓਜ਼ ਪਾਈਆਂ ਆ, ਮੇਰੀ ਕੋਈ ਵੀ ਡਰੈਸ ਇੱਦਾਂ ਦੀ ਨਹੀਂ ਹੋਣੀ ਹੈਗੀ ਜਿਹ 'ਚ ਹਾਂ ਲੱਗੇ ਵੀ ਮੈਂ ਸ਼ਰਮ ਕਰਾਂ ਜਾਂ ਕੁਛ ਇੱਦਾਂ। ਅੱਜ ਤੁਹਾਡੀ ਮੁਲਾਕਾਤ ਇੱਕ ਅਜਿਹੀ ਭੈਣ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਤਾਂ ਮਿਲਦਾ ਨਜ਼ਰ ਆ ਰਿਹਾ, ਪਰ ਉਸ ਭੈਣ ਨੇ ਜ਼ਿੰਦਗੀ ਦੇ ਵਿੱਚ ਕੀ ਸੰਘਰਸ਼ ਦੇਖੇ ਆ ਉਹ ਗੱਲਬਾਤ ਕਰਨ ਦੇ ਲਈ ਉਸ ਭੈਣ ਦੇ ਕੋਲ ਪਹੁੰਚੇ ਆ ਅਤੇ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸਾਡੇ ਚੈਨਲ। ਥੈਂਕ ਯੂ ਸੋ ਮੱਚ ਜੀ। ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਤੁਹਾਨੂੰ, ਸੋਸ਼ਲ ਮੀਡੀਆ 'ਤੇ ਆਉਣ ਦਾ ਕਿਵੇਂ ਸ਼ੌਕ ਪਿਆ ਤੁਹਾਨੂੰ? ਇਹ ਉਸ ਟਾਈਮ ਤੋਂ ਆ ਜਦੋਂ ਮੈਂ ਕਾਲਜ ਟਾਈਮ ਸਟੱਡੀ ਕਰਦੀ ਸੀ ਨਾ, ਉਸ ਟਾਈਮ ਮੇਰੀ ਫਰੈਂਡਸ ਅਸੀਂ ਇਕੱਠੇ ਹੋ ਕੇ ਟਿਕਟੋਕ ਦਾ ਟਾਈਮ ਸੀਗਾ ਉਦੋਂ, ਉਸ ਦਿਨ ਤੋਂ ਫਿਰ ਸਟਾਰਟ ਕੀਤਾ ਸੀਗਾ ਬਣਾਉਣਾ, ਅਤੇ ਪ੍ਰਾਈਵੇਟ ਹੀ ਰੱਖਦੇ ਹੁੰਦੇ ਸੀ, ਫੈਮਿਲੀ 'ਚ ਵੀ ਨਹੀਂ ਪਤਾ ਹੁੰਦਾ ਸੀਗਾ ਵੀ ਹਾਂ ਵੀ ਅਸੀਂ ਬਣਾਉਂਦੇ ਹਾਂ। ਹੌਲੀ ਹੌਲੀ ਮੇਰੇ ਮੰਮਾ ਨੂੰ ਦੱਸਿਆ ਸੀ, ਉਹ ਵੀ ਪਬਲਿਕ ਨਹੀਂ ਕੀਤਾ ਸੀਗਾ, ਇੰਸਟਾਗ੍ਰਾਮ 'ਤੇ ਮੈਂ ਬਾਅਦ 'ਚੋਂ ਆਈ ਸੀਗੀ ਜੀ। ਜਦੋਂ ਜਿਸ ਤਰ੍ਹਾਂ ਤੁਸੀਂ ਦੱਸਦੇ ਵੀ ਕਿ ਟਿਕਟੋਕ 'ਤੇ ਪਹਿਲੇ ਰੀਲਾਂ ਬਣਾਉਂਦੇ ਸੀ, ਜਦੋਂ ਟਿਕਟੋਕ ਬੰਦ ਹੋਇਆ ਕਿੰਨਾ ਕੁ ਦੁੱਖ ਲੱਗਾ ਸੀ ਤੁਹਾਨੂੰ ਉਸ ਟਾਈਮ? ਥੋੜ੍ਹਾ ਲੱਗਾ ਤਾਂ ਸੀ ਕਿਉਂਕਿ ਇੰਨੀਆਂ ਰੀਲਸ ਬਣਾਈਆਂ ਹੋਈਆਂ ਸੀਗੀਆਂ, ਵੀਡੀਓਜ਼ ਬਣਾਈਆਂ ਹੋਈਆਂ ਸੀ ਸਾਰੀਆਂ ਇੱਦਾਂ ਹੀ ਖਰਾਬ ਗਈਆਂ। ਬਾਅਦ ਵਿੱਚ ਫਿਰ ਪੱਬਜੀ ਦਾ ਸ਼ੌਂਕ ਪੈ ਗਿਆ, ਲੋਕਡਾਊਨ ਲੱਗ ਗਿਆ ਸੀ ਅਤੇ ਫਿਰ ਬਸ ਇੱਦਾਂ ਹੀ ਜੀ। ਅਤੇ ਜਿਸ ਤਰ੍ਹਾਂ ਤੁਸੀਂ ਦੱਸਦੇ ਵੀ ਕਿ ਪ੍ਰਾਈਵੇਟ ਅਕਾਊਂਟ ਸੀ ਤੁਹਾਡਾ, ਫਿਰ ਪਬਲਿਕ ਕਿਵੇਂ ਕੀਤਾ ਅਕਾਊਂਟ ਤੁਸੀਂ ਆਪਣਾ? ਐਕਚੁਅਲੀ ਇੰਸਟਾਗ੍ਰਾਮ 'ਤੇ ਵੀ ਪਹਿਲਾਂ ਮੈਂ ਪ੍ਰਾਈਵੇਟ ਹੀ ਸੀਗੀ, ਅਤੇ ਹੌਲੀ ਹੌਲੀ ਜਿੱਦਾਂ ਮੈਂ ਦੇਖਦੀ ਰਹੀ ਹਾਂ ਮੈਨੂੰ ਲੱਗਾ ਵੀ ਹਾਂ ਨਹੀਂ ਮੈਂ ਸ਼ਾ ਹੋਣਾ ਚਾਹੀਦਾ ਮੈਨੂੰ ਵੀ, ਅਤੇ ਮੈਂ ਹੌਲੀ 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 ਫਿਰ ਜਿੱਦਾਂ ਲੋਕਾਂ ਸਾਹਮਣੇ ਆਈ ਹਾਂ ਮੈਨੂੰ ਥੋੜ੍ਹਾ ਹੌਲੀ ਹੌਲੀ ਫੋਲੋਅਰ ਜਿੱਦਾਂ ਮੇਰੇ ਇਨਕਰੀਜ਼ ਹੋਣ ਲੱਗੇ। ਉਸ ਟਾਈਮ ਮੇਰੇ ਕੋਲ ਐਂਡਰਾਇਡ ਫੋਨ ਸੀਗਾ, ਮੈਂ ਫਿਰ ਆਪਣੇ ਪੈਸੇ ਜੋੜ ਕੇ ਫਿਰ ਮੈਂ ਆਈਫੋਨ ਲਿਆ, ਆਈਫੋਨ ਲੈ ਕੇ ਫਿਰ ਮੈਂ ਉਸ ਤੋਂ ਬਾਅਦ ਰੈਗੂਲਰੀ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ ਜੀ। ਜਦੋਂ ਤੁਹਾਡੀ ਪਹਿਲੀ ਵੀਡੀਓ ਵਾਇਰਲ ਹੋਈ ਸੀ ਇੰਸਟਾਗ੍ਰਾਮ 'ਤੇ, ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਸੀ ਤੁਹਾਨੂੰ? ਮੈਂ ਤਾਂ ਇੰਨੀ ਹੈਰਾਨ ਹੋਈ ਸੀ ਨਾ, ਮੈਨੂੰ ਮਤਲਬ ਕਿ ਸੋਚ ਮੈਂ ਸਮਝਦੀ ਨਹੀਂ, ਮੈਂ ਤਾਂ ਉਹਨੂੰ ਵੀਡੀਓ ਨੂੰ ਹੀ ਬਹੁਤ ਵਾਰੀ ਦੇਖਿਆ ਕਿ ਮੇਰੀ ਵੀਡੀਓ ਆ ਜਿਹੜੀ ਇੰਨੀ ਜ਼ਿਆਦਾ ਵਾਇਰਲ ਹੋਈ ਆ। ਫਸਟ ਟਾਈਮ ਜਦੋਂ ਹੋਈ ਸੀ ਬਹੁਤ ਜ਼ਿਆਦਾ ਖੁਸ਼ ਹੋਈ ਸੀ, ਫਿਰ ਮੈਂ ਮਤਲਬ ਕਿ ਸੋਚਿਆ ਹਾਂ ਨਹੀਂ ਮੈਂ ਇਹਨੂੰ ਰੈਗੂਲਰ ਕਰਨਾ ਚਾਹੀਦਾ ਵੀਡੀਓਜ਼ ਨੂੰ ਜੀ। ਅਤੇ ਜਦੋਂ ਤੁਸੀਂ ਪ੍ਰਾਈਵੇਟ ਅਕਾਊਂਟ ਤੋਂ ਕੀਤਾ ਸੀਗਾ ਦੂਸਰਾ ਅਕਾਊਂਟ ਕਰ ਦਿੱਤਾ ਸੀ, ਫਿਰ ਘਰਦੇ ਤਾਂ ਨਹੀਂ ਬੋਲਦੇ? ਜਿਸ ਤਰ੍ਹਾਂ ਦੱਸਦੇ ਪਏ ਸੀ ਘਰਦਿਆਂ ਦਾ ਵੀ ਡਰ ਸੀਗਾ? ਨਹੀਂ, ਘਰ ਥੋੜ੍ਹਾ ਹੈ, ਹਾਂ ਮੰਮਾ ਥੋੜ੍ਹੇ ਫਰੈਂਡਲੀ ਆ ਮੇਰੇ, ਮੈਂ ਮੰਮਾ ਤੋਂ ਸਿਵਾਏ ਮੇਰਾ ਕੋਈ ਹੈ ਨਹੀਂ ਆ, ਮੇਰੇ ਛੋਟੇ ਸਿਸਟਰ ਆ, ਅਤੇ ਮੰਮਾ ਨਾਲ ਗੱਲ ਕੀਤੀ ਸੀ, ਮੰਮਾ ਨੂੰ ਦੱਸਿਆ, ਮੰਮਾ ਮੇਰੀਆਂ ਸਮਾਂ ਕਿ ਵੀਡੀਓਜ਼ ਬਹੁਤ ਜ਼ਿਆਦਾ ਦੇਖਦੇ ਆ, ਉਹਨਾਂ ਨੂੰ ਬਹੁਤ ਸ਼ੌਂਕ ਆ ਮੇਰੀਆਂ ਵੀਡੀਓਜ਼ ਦੇਖਣ ਦਾ। ਉਸ ਟਾਈਮ ਵੀ ਉਹਨਾਂ ਨੇ ਮੇਰਾ ਅਕਾਊਂਟ ਖੋਲ੍ਹ ਲੈਣਾ ਅਤੇ ਦੇਖੀ ਜਾਣੀਆਂ ਵੀਡੀਓਜ਼, ਅਤੇ ਕੋਈ ਗੱਲ ਨਹੀਂ ਕਹਿੰਦੇ ਕੋਈ ਨਾ ਜਦੋਂ ਗਲਤ ਹੋਇਆ ਉਦੋਂ ਮੈਂ ਤੈਨੂੰ ਆਪ ਬੋਲ ਦੂੰ, ਪਰ ਤੂੰ ਜੋ ਕਰਦੀ ਆ ਕਰ ਲਾ ਤੇਰੀ ਇੱਛਾ ਆ। ਉਹਨਾਂ ਨੇ ਮੈਨੂੰ ਹਮੇਸ਼ਾ ਮੁੰਡਿਆਂ ਵਾਂਗੂ ਰੱਖਿਆ ਆ ਅਤੇ ਕਦੇ ਇੱਦਾਂ ਬੋਲੇ ਨਹੀਂ ਆ ਜੀ। ਅਕਸਰ ਹੀ ਤੁਸੀਂ ਇਕੱਲੇ ਵੀਡੀਓ ਬਣਾਉਂਦੇ ਦੇਖਦੇ ਪਏ ਹੋ,
ਤੁਹਾਡੇ ਹਸਬੈਂਡ ਕਿਉਂ ਨਹੀਂ ਤੁਹਾਡੇ ਨਾਲ ਵੀਡੀਓ ਬਣਾਉਂਦੇ? ਉਹਨਾਂ ਨੂੰ ਸ਼ੌਂਕ ਨਹੀਂ ਹੈਗਾ ਵੀਡੀਓਜ਼ ਬਣਾਉਣ ਦਾ, ਉਹ ਬਹੁਤ ਜ਼ਿਆਦਾ ਸੰਗਦੇ ਆ। ਥੋੜ੍ਹੇ ਦਿਨ ਪਹਿਲਾਂ ਵੀ ਮੈਂ ਕਿਹਾ ਸੀ ਉਹਨਾਂ ਨੂੰ, ਮੋਬਾਈਲ ਦਿੱਤਾ ਉਹਨਾਂ ਦੇ ਹੱਥ 'ਚ, ਮੈਂ ਕਿਹਾ ਚਲੋ ਵੀਡੀਓਜ਼ ਬਣਾਈ, ਹੱਸੀ ਆਉਂਦੇ ਸੀਗੇ, ਵੀਡੀਓ ਤਾਂ ਬਣਾਈ ਨਹੀਂ। ਉਹਨਾਂ ਨੇ ਕਹਿੰਦੇ ਨਹੀਂ ਮੇਰੇ ਕੋਲ ਕੰਮ ਇਹ ਨਹੀਂ ਹੋਣਾ ਹੈਗਾ, ਪਬਲਿਕ ਤੋਂ ਥੋੜ੍ਹਾ ਦੂਰ ਆ ਉਹ। ਜੀ, ਕਿਉਂ ਦੂਰ ਕਿਉਂ ਪਬਲਿਕ ਲਈ ਹਸਬੈਂਡ ਤੁਹਾਡੇ? ਪਤਾ ਨਹੀਂ, ਇਹ ਤਾਂ ਹੁਣ ਉਹਨਾਂ ਦੀ ਮਰਜ਼ੀ ਆ। ਉਹ ਮੈਨੂੰ ਬਸ ਇੰਨਾ ਕਹਿ ਦਿੰਦੇ ਆ, ਕਹਿੰਦੇ ਵੀ ਥੋੜ੍ਹਾ ਜਿਹਾ ਮਤਲਬ ਕਿ ਜਦੋਂ ਮੇਰਾ ਦਿਲ ਕੀਤਾ ਮੈਂ ਆਪੇ ਆ ਜਾਊ। ਕੱਲ੍ਹ ਹੀ ਮੈਂ ਪੋਸਟ ਕੀਤੀ, ਸਾਰਿਆਂ ਨੇ ਬਹੁਤ ਜ਼ਿਆਦਾ ਮੈਨੂੰ ਮੈਸੇਜ ਕੀਤੇ, ਸ਼ੁਕਰੀਆ ਤੁਸੀਂ ਵੀ ਆਪਣੇ ਹਸਬੈਂਡ ਦੀ ਵੀਡੀਓ ਅਪਲੋਡ ਕੀਤੀ ਆ, ਥੋੜ੍ਹੀ ਜਿਹੀ ਕੀਤੀ ਆ, ਨੈਕਸਟ ਟਾਈਮ ਤੋਂ ਜ਼ਿਆਦਾ ਕਰਿਓ ਜੀ। ਹਾਂਜੀ, ਜਿਸ ਤਰ੍ਹਾਂ ਤੁਸੀਂ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ, ਪਹਿਲੇ ਦੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਦੁੱਖ ਸੀਗਾ ਤੁਹਾਨੂੰ? ਪਹਿਲਾਂ ਛੋਟੇ ਹੁੰਦੇ ਤੋਂ ਹੀ ਮੰਮੀ ਪਾਪਾ ਅਲੱਗ ਹੋ ਗਏ ਸੀਗੇ, ਅਤੇ ਮੇਰਾ ਜਿੱਦਾਂ ਮੇਰੇ ਉੱਧਰ ਦਾਦਾ ਦਾਦੀ ਦੀ ਫੈਮਿਲੀ ਉਹ ਵੀ ਸਹੀ ਨਹੀਂ ਸੀਗੀ, ਅਤੇ ਮੇਰੇ ਮੰਮੀ ਪਾਪਾ ਅਲੱਗ ਹੋਣ ਤੋਂ ਬਾਅਦ ਲਾਈਫ ਬਹੁਤ ਜ਼ਿਆਦਾ ਖਰਾਬ ਹੋਈ ਸਾਡੀ ਦੋਨਾਂ ਭੈਣਾਂ ਦੀ। ਮੇਰੇ ਤੋਂ ਛੋਟਾ ਮੇਰਾ ਬ੍ਰਦਰ ਸੀਗਾ, ਉਹਨਾਂ ਦੀ ਡੈਥ ਹੋ ਗਈ ਸੀਗੀ, ਅਤੇ ਡੈਥ ਹੋਣ ਤੋਂ ਬਾਅਦ ਫਿਰ ਮੇਰੀ ਛੋਟੀ ਸਿਸਟਰ ਜਦੋਂ ਹੋਈ ਆ, ਮੇਰੇ ਦਾਦੀ ਜੀ ਨੇ ਬਹੁਤ ਜ਼ਿਆਦਾ ਮੰਮੀ ਨੂੰ ਬੋਲਿਆ ਕਿ ਨਹੀਂ ਸਾਨੂੰ ਮੁੰਡਾ ਹੀ ਚਾਹੀਦਾ ਆ, ਸਾਨੂੰ ਕੁੜੀ ਨਹੀਂ ਚਾਹੀਦੀ ਹੈਗੀ। ਉਸ ਤੋਂ ਬਾਅਦ ਫਿਰ ਲੜਾਈਆਂ ਬਹੁਤ ਹੋਈਆਂ, ਅਤੇ ਬਾਅਦ ਵਿੱਚ ਫਿਰ ਮੰਮੀ ਪਾਪਾ ਸਾਨੂੰ ਦੋਨਾਂ ਭੈਣਾਂ ਨੂੰ ਲੈ ਕੇ ਕਿਰਾਏ 'ਤੇ ਰਹਿਣ ਲੱਗ ਗਏ ਸੀਗੇ ਹੋਰ ਪਿੰਡ। ਉਸ ਤੋਂ ਬਾਅਦ ਫਿਰ ਮੰਮੀ ਪਾਪਾ 'ਚ ਰੋਜ਼ ਹੀ ਲੜਾਈਆਂ ਹੋਣੀਆਂ ਸ਼ੁਰੂ ਹੋ ਗਈਆਂ। ਪਾਪਾ ਨੇ ਪਹਿਲੀ ਵਾਰੀ ਡਰਿੰਕ ਪੀਤੀ, ਉਹਨਾਂ ਨੇ ਪਤਾ ਨਹੀਂ ਕੀ ਸੋਚਿਆ ਕੀ ਨਹੀਂ ਸੋਚਿਆ, ਅਤੇ ਪਾਪਾ ਨੇ ਮੰਮੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਅਤੇ ਮੇਰੇ ਨਾਨਾ ਜੀ ਲੈ ਗਏ ਸੀਗੇ ਮੰਮਾ ਨੂੰ ਅਤੇ ਸਾਨੂੰ। ਫਿਰ ਮੇਰੇ ਨਾਨਾ ਜੀ ਦੇ ਘਰ ਆ ਕੇ ਬਹੁਤ ਜ਼ਿਆਦਾ ਲੜਾਈਆਂ ਕਰਦੇ ਸੀ ਕਿ ਮੈਂ ਮਰ ਜਾਣਾ ਆ ਜਾਂ ਇੱਦਾਂ ਉੱਦਾਂ, ਧਮਕੀਆਂ ਬਹੁਤ ਦੇਣ ਲੱਗ ਗਏ ਸੀਗੇ। ਅਤੇ ਬਾਅਦ ਵਿੱਚ ਫਿਰ ਮੰਮੀ ਇੱਕ ਵਾਰੀ ਫਿਰ ਚਲੇ ਗਏ ਸੀਗੇ, ਫਿਰ ਸਾਨੂੰ ਵਾਪਸ ਲੈ ਜਾਂਦੇ, ਤਾਂ ਫਿਰ ਕੁੱਟਮਾਰ ਹੋਈ ਸੀ। ਉਸ ਤੋਂ ਬਾਅਦ ਅਸੀਂ ਵਾਪਸ ਗਏ ਨਹੀਂ, ਅਤੇ ਬਾਅਦ ਵਿੱਚ ਫਿਰ ਮੇਰੇ ਨਾਨਾ ਨਾਨੀ ਨੇ ਹੀ ਸਾਨੂੰ ਸੰਭਾਲਿਆ ਸੀਗਾ, ਮੇਰੇ ਨਾਨਕੇ ਹੀ ਅਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਨਾਨਕੇ ਹੀ ਰਹੇ ਹਾਂ। ਜਿਸ ਤਰ੍ਹਾਂ ਦੀ ਦਾਦੇ ਵੀ ਕਿ ਤੁਹਾਡੇ ਮੰਮੀ ਪਾਪਾ ਨੂੰ ਸੁਣਨ ਨੂੰ ਜਾਂ ਤੁਹਾਨੂੰ ਸੁਣਨ ਨੂੰ ਮਿਲਦਾ ਸੀਗਾ ਕਿ ਸਾਨੂੰ ਮੁੰਡਾ ਹੀ ਚਾਹੀਦਾ ਜਦੋਂ ਤੁਹਾਡੀ ਛੋਟੀ ਭੈਣ ਹੋਈ ਤੁਹਾਡੇ, ਫਿਰ ਉਦੋਂ ਕਿੰਨਾ ਕੁ ਦੁੱਖ ਮਹਿਸੂਸ ਹੁੰਦਾ ਸੀ ਤੁਹਾਨੂੰ? ਉਸ ਟਾਈਮ ਮੈਂ ਬਹੁਤ ਜ਼ਿਆਦਾ ਛੋਟੀ ਸੀਗੀ, ਮੈਨੂੰ ਇੰਨਾ ਜ਼ਿਆਦਾ ਸਮਝ ਵੀ ਨਹੀਂ ਹੈਗੀ ਸੀਗੀ, ਪਰ ਮੈਨੂੰ ਪਤਾ ਜੋ ਅੱਖੀ ਦੇਖਿਆ ਪਤਾ ਵੀ ਆ। ਮੇਰੇ ਦੋ ਚਾਚਾ ਜੀ ਆ, ਉਹਨਾਂ ਨੇ ਵੀ ਸਾਡੀ ਸਪੋਰਟ ਨਹੀਂ ਸੀ ਕੀਤੀ, ਉਹ ਵੀ ਜਿੱਦਾਂ ਨਾ ਸਾਨੂੰ ਧੱਕੇ ਮਾਰ ਕੇ ਉਹਨਾਂ ਨੇ ਸਾਨੂੰ ਘਰੋਂ ਬਾਹਰ ਕੱਢ ਦਿੱਤਾ, ਕਹਿੰਦੇ ਨਹੀਂ ਸਾਨੂੰ ਕੁੜੀਆਂ ਨਹੀਂ ਚਾਹੀਦੀਆਂ ਹੈਗੀਆਂ। ਅਤੇ ਉਸ ਤੋਂ ਬਾਅਦ ਫਿਰ ਨਾਨਾ ਜੀ ਨੇ ਸਾਨੂੰ ਰੱਖ ਲਿਆ ਸੀਗਾ ਕੋਲ, ਅਤੇ ਉਹਨਾਂ ਨੇ ਫਿਰ ਕਿਹਾ ਵੀ ਨਹੀਂ ਕੋਈ ਨਾ ਅਸੀਂ ਤੁਹਾਨੂੰ ਨਾਲ ਰੱਖਾਂਗੇ। ਅਤੇ ਜਦੋਂ ਤੁਹਾਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਸੀ, ਕੀ ਸਥਿਤੀ ਸੀ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਉਸ ਟਾਈਮ? ਮੇਰੇ ਮੰਮਾ ਜੀ ਤਾਂ ਬਹੁਤ ਜ਼ਿਆਦਾ ਸੀ, ਟੁੱਟੇ ਹੋਏ ਸੀਗੇ, ਅਤੇ ਮੇਰੇ ਨਾਨਾ ਜੀ ਵੀ ਕਹਿੰਦੇ ਸੀ ਵੀ ਰੱਖ ਲਓ ਉਹਨਾਂ ਨੂੰ, ਤੁਹਾਡੇ ਪੁੱਤ ਹੀ ਆ, ਪਰ ਉਹਨਾਂ ਨੇ ਕਹਿਤਾ ਸੀ ਵੀ ਨਹੀਂ ਅਸੀਂ ਰੱਖਣਾ ਨਹੀਂ ਹੈਗਾ ਉਹਨਾਂ ਨੂੰ ਜੀ। ਅਤੇ ਜਦੋਂ ਤੁਹਾਡਾ ਬ੍ਰਦਰ ਤੁਹਾਡੇ ਤੋਂ ਦੂਰ ਹੋਇਆ, ਫਿਰ ਉਸ ਟਾਈਮ ਕੀ ਸਥਿਤੀ ਸੀ ਤੁਹਾਡੀ? ਕਿੰਨਾ ਕੁ ਦੁੱਖ ਮਹਿਸੂਸ ਹੋ ਰਿਹਾ ਸੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ? ਇੱਕ ਪਾਸੇ ਤੁਹਾਨੂੰ ਸੁਣਨ ਨੂੰ ਮਿਲਦਾ ਸੀਗਾ ਕਿ ਨਹੀਂ ਸਾਨੂੰ ਮੁੰਡਾ ਹੀ ਚਾਹੀਦਾ, ਅਤੇ ਦੂਜੇ ਪਾਸੇ ਤੁਹਾਡੇ ਬ੍ਰਦਰ ਦੀ ਡੈਥ ਹੋ ਜਾਂਦੀ। ਇਹ ਮੈਂ ਉਦੋਂ ਬਹੁਤ ਜ਼ਿਆਦਾ ਛੋਟੀ ਸੀ, ਜ਼ਿਆਦਾ ਤਾਂ ਮੈਨੂੰ ਨਹੀਂ ਯਾਦ ਹੈਗਾ, ਬਟ ਮੇਰੀ ਜਿਹੜੀ ਦਾਦਾ ਦਾਦੀ ਆ ਉਹ ਬਹੁਤ ਜ਼ਿਆਦਾ ਮੰਮੀ ਨੂੰ ਬੋਲਦੇ ਹੁੰਦੇ ਸੀਗੇ ਵੀ ਨਹੀਂ ਸਾਨੂੰ ਨਹੀਂ ਚਾਹੀਦਾ ਹੈਗਾ। ਜਦੋਂ ਕੁੜੀ ਹੁੰਦੀ ਆ ਉਦੋਂ ਫਿਰ ਬੋਲਦੇ ਆ, ਫਿਰ ਜਦੋਂ ਮੁੰਡਾ ਹੋਇਆ ਮੁੱਕ ਗਿਆ ਉਹ ਫਿਰ ਕਹਿਣ ਲੱਗ ਗਏ ਵੀ ਨਹੀਂ ਇਹ ਸਾਡੀ ਗਲਤੀ ਨਹੀਂ ਹੈਗੀ, ਗਲਤੀ ਉਹਨਾਂ ਦੀ ਸੀ, ਮਤਲਬ ਕਿ ਉਹ ਹੋਸਪਿਟਲ ਟਾਈਮ ਸਿਰ ਲੈ ਕੇ ਹੀ ਨਹੀਂ ਗਏ ਉਹਨਾਂ ਨੂੰ, ਅਤੇ ਤਾਂ ਕਰਕੇ ਫਿਰ ਉਹਨਾਂ ਦੀ ਡੈਥ ਹੋ ਗਈ ਮੇਰੇ ਬ੍ਰਦਰ ਦੀ ਜੀ। ਤੁਹਾਨੂੰ ਇੱਦਾਂ ਨਹੀਂ ਲੱਗਦਾ ਪਿਆ ਸੀਗਾ ਕਿ
ਪਰਿਵਾਰ ਤੁਹਾਡਾ ਕਹਿੰਦਾ ਇਹ ਕੁੜੀਆਂ ਹੋ ਗਈਆਂ, ਤੁਹਾਨੂੰ ਇਨਸਿਕਿਉਰ ਨਹੀਂ ਫੀਲ ਹੁੰਦਾ ਸੀਗਾ ਕਿ ਅਸੀਂ ਕੁੜੀਆਂ ਹੋ ਗਈਆਂ ਆਪਣੇ ਪਰਿਵਾਰ ਦੇ ਵਿੱਚ? ਨਹੀਂ, ਮੇਰੇ ਨਾਨਕਿਆਂ ਦੀ ਸੋਚ ਬਹੁਤ ਵਧੀਆ ਆ। ਉਹਨਾਂ ਨੇ ਕਦੇ ਵੀ ਮੁੰਡੇ ਕੁੜੀ 'ਚ ਫਰਕ ਨਹੀਂ ਕੀਤਾ ਹੈਗਾ, ਅਤੇ ਉਹ ਜਦੋਂ ਵੀ ਮਤਲਬ ਕਿ ਅਸੀਂ ਉਹਨਾਂ ਦੇ ਕੋਲ ਵੀ ਰਹਿ ਕੇ ਆਏ ਹਾਂ ਨਾ, ਉਹਨਾਂ ਨੇ ਸਾਨੂੰ ਮੁੰਡਿਆਂ ਵਾਂਗੂ ਹੀ ਰੱਖਿਆ ਆ। ਮੇਰੇ ਨਾਨਾ ਨਾਨੀ ਨੇ ਸਾਡੇ 'ਚ ਕਦੇ ਫਰਕ ਨਹੀਂ ਕੀਤਾ, ਸਾਨੂੰ ਪੜ੍ਹਾਇਆ ਲਿਖਾਇਆ। ਮੈਂ ਪੜ੍ਹੀ ਲਿਖੀ ਹਾਂ, ਮੇਰੀ ਛੋਟੀ ਭੈਣ ਬੀ ਐੱਡ ਕਰਦੀ ਪਈ ਹੈ ਇਸ ਟਾਈਮ, ਅਤੇ ਜੇ ਮੈਂ ਕਹਾਂ ਜੇ ਅਸੀਂ ਉੱਥੇ ਹੁੰਦੇ ਤਾਂ ਸਾਡੇ ਕੋਲੋਂ ਪੜ੍ਹਿਆ ਨਹੀਂ ਸੀ ਜਾਣਾ। ਜਦੋਂ ਤੁਹਾਡੇ ਮੰਮੀ ਪਾਪਾ ਆਪਸ ਦੇ ਵਿੱਚ ਲੜਦੇ ਸੀ, ਤੁਹਾਡੇ ਮਨ 'ਤੇ ਕੀ ਬੀਤਦੀ ਸੀ ਉਸ ਟਾਈਮ? ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਹੁੰਦੀ ਸੀਗੀ ਵੀ ਹੁੰਦਾ ਕੀ ਵਿਆਹ ਆ, ਕਿਉਂ ਇੱਦਾਂ ਹੁੰਦੀ ਆ, ਮੰਮੀ ਦੀ ਗਲਤੀ ਕੀ ਆ ਜਾਂ ਕਿੱਦਾਂ ਆ। ਫਿਰ ਉਸ ਤੋਂ ਬਾਅਦ ਫਿਰ ਸਾਨੂੰ ਤਾਂ ਕਮਰੇ 'ਚ ਬੰਦ ਕਰ ਦਿੰਦੇ ਹੁੰਦੇ ਸੀਗੇ ਜਦੋਂ ਲੜਦੇ ਹੁੰਦੇ ਸੀਗੇ ਉਹ। ਜਦੋਂ ਤੁਸੀਂ ਵੱਖ ਹੋ, ਇੱਕ ਪਿਓ ਤੋਂ ਬਿਨਾਂ ਜ਼ਿੰਦਗੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਉਸ ਟਾਈਮ ਤੁਹਾਨੂੰ? ਮੈਂ ਸੱਚ ਦੱਸਾਂ, ਮੈਂ ਉਸੇ ਦਿਨ ਮੇਰਾ ਪਿਓ ਮੇਰੇ ਲਈ ਮਰ ਗਿਆ ਸੀ, ਅਤੇ ਮੈਂ ਉਸ ਤੋਂ ਬਾਅਦ ਸੋਚਿਆ ਨਹੀਂ ਵੀ ਮੇਰਾ ਕੋਈ ਪਿਓ ਹੈਗਾ ਆ ਜਾਂ ਕਿੱਦਾਂ, ਮੇਰੀ ਮਾਂ ਹੀ ਮੇਰਾ ਪਿਓ ਆ ਹੁਣ। ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਮਾਂ ਨੇ ਕਦੇ ਵੀ ਕੋਈ ਕਮੀ ਪੂਰੀ ਸੋਰੀ ਮੰਮੀ, ਤੁਹਾਡੀ ਨੇ ਕਿੰਨਾ ਕੁ ਸਟਰਗਲ ਦੇਖਿਆ ਬਿਨਾਂ ਫਾਦਰ ਤੋਂ? ਉਹ ਬਹੁਤ ਜ਼ਿਆਦਾ ਸੀ। ਅਸੀਂ ਜਦੋਂ ਨਾਨਕੇ ਵਾਪਸ ਆਏ ਸੀਗੇ, ਮੰਮੀ ਪਾਪਾ ਅਲੱਗ ਹੋਏ ਸੀ ਜਦੋਂ, ਮੇਰੀ ਮੰਮਾ ਵੀ ਬਹੁਤ ਜ਼ਿਆਦਾ ਰੋਂਦੇ ਹੁੰਦੇ ਸੀਗੇ ਵੀ ਕਿੱਦਾਂ ਇੰਨਾ ਆ ਵੀ ਮੰਮਾ ਮੇਰੇ ਚਲੋ ਜੋਬ ਕਰਦੇ ਸੀ ਉਸ ਟਾਈਮ ਵੀ, ਮੈਰਿਜ ਤੋਂ ਪਹਿਲਾਂ ਵੀ ਅਤੇ ਮੈਰਿਜ ਤੋਂ ਬਾਅਦ ਵੀ ਉਹਨਾਂ ਨੇ ਜੋਬ ਛੱਡੀ ਨਹੀਂ ਸੀਗੀ। ਜੇ ਜੋਬ ਛੱਡ ਦਿੰਦੇ ਫਿਰ ਸ਼ਾਇਦ ਅਸੀਂ ਨਾ ਪੜ੍ਹਦੀਆਂ ਇੰਨਾ, ਅਤੇ ਉਹਨਾਂ ਨੇ ਬਹੁਤ ਜ਼ਿਆਦਾ ਉਹ ਵੀ ਰੋਂਦੇ ਹੁੰਦੇ, ਮੇਰੇ ਨਾਨਾ ਨਾਨੀ ਵੀ ਬਹੁਤ ਜ਼ਿਆਦਾ ਰੋਂਦੇ ਹੁੰਦੇ ਸੀ। ਬਟ ਕਹਿਣਾ ਤਾਂ ਨਹੀਂ ਚਾਹੀਦਾ ਚਲੋ, ਪਰ ਉਸ ਹਾਲਤ ਵਿੱਚ ਜਦੋਂ ਅਸੀਂ ਸੀ ਨਾ, ਸਾਡੇ ਕੋਲ ਕੁਛ ਵੀ ਨਹੀਂ ਸੀਗਾ, ਕੁਛ ਵੀ ਨਹੀਂ, ਅਸੀਂ ਉੱਥੋਂ ਵਾਪਸ ਵੀ ਕੁਛ ਲੈ ਕੇ ਨਹੀਂ ਆਏ ਹੈਗੇ, ਸਾਰਾ ਕੁਛ ਉੱਥੇ ਹੀ ਛੱਡ ਕੇ ਆ ਗਏ ਸੀਗੇ। ਫਿਰ ਬਿਨਾਂ ਫਾਦਰ ਤੋਂ ਜਿਸ ਤਰ੍ਹਾਂ ਦੀ ਦੱਸਦੇ ਵੀ ਮਦਰ ਤੁਹਾਡੀ ਵੀ ਕੰਮ ਕਰਦੇ ਹੁੰਦੇ ਸੀਗੇ, ਫਿਰ ਬਿਨਾਂ ਫਾਦਰ ਤੋਂ ਕਿਵੇਂ ਪੜ੍ਹਾਈ ਕੀਤੀ, ਫਿਰ ਕਿਵੇਂ ਸਾਰਾ ਘਰ ਹੈਂਡਲ ਕੀਤਾ? ਫਿਰ ਜਦੋਂ ਤੱਕ ਮੇਰੇ ਨਾਨਾ ਨਾਨੀ ਰਹੇ ਆ ਉਦੋਂ ਤੱਕ ਤਾਂ ਨਹੀਂ ਟੈਨਸ਼ਨ ਰਹੀ ਸੀਗੀ, ਉਦੋਂ ਮੰਮਾ ਥੋੜ੍ਹੇ ਜਿਹੇ ਘੱਟ ਸੀਗੇ। ਜਦੋਂ ਮੇਰੇ ਨਾਨਾ ਜੀ ਦੀ ਡੈਥ ਹੋਈ ਸੀਗੀ ਉਦੋਂ ਵੀ ਥੋੜ੍ਹਾ ਬਹੁਤ ਜ਼ਿਆਦਾ ਮੰਮਾ ਟੈਨਸ਼ਨ ਲੈਣ ਲੱਗ ਗਏ ਸੀਗੇ। ਉਸ ਤੋਂ ਬਾਅਦ ਫਿਰ ਲੋਕਡਾਊਨ 'ਚ ਮੇਰੇ ਨਾਨੀ ਜੀ ਦੀ ਡੈਥ ਹੋ ਗਈ, ਬਸ ਇੱਕ ਉਹੀ ਸੀ ਮੇਰੇ ਮੰਮਾ ਕੋਲ ਅਸੀਂ ਸੀ, ਅਤੇ ਨਾਨੀ ਜੀ ਦੀ ਡੈਥ ਤੋਂ ਬਾਅਦ ਮੰਮਾ ਜ਼ਿਆਦਾ ਬਿਮਾਰ ਰਹਿਣ ਲੱਗ ਗਏ, ਅਤੇ ਉਹ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਸਾਡਾ ਹੋਇਆ ਸੀ ਖਰਾਬ। ਪਰ ਫਿਰ ਵੀ ਮੰਮਾ ਨੇ ਸਾਨੂੰ ਪੜ੍ਹਾ ਲਿਖਾ ਲਿਆ, ਕਿਉਂਕਿ ਮੰਮੀ ਤੋਂ ਹੁਣ ਇਸ ਟਾਈਮ ਕੁਛ ਨਹੀਂ ਹੈਗਾ ਸਾਡੇ ਤੋਂ ਸਿਵਾਏ। ਜੀ, ਕਦੇ ਇਸ ਤਰ੍ਹਾਂ ਤਾਂ ਨਹੀਂ ਮਹਿਸੂਸ ਹੋਇਆ ਕਿ ਸਾਡੇ ਫਾਦਰ ਸਾਹਿਬ ਵੀ ਸਾਡੇ ਨਾਲ ਹੁੰਦੇ, ਸਾਡੇ ਵੀ ਚੰਗੇ ਦਿਨ ਹੋਣੇ ਸੀਗੇ? ਜੀ, ਸਾਡੇ ਵੀ ਦਿਨ ਕੁਛ ਹੋਰ ਹੋਣੇ ਸੀਗੇ ਕਹਿ ਸਕਦੇ ਹਾਂ, ਪਰ ਮੈਂ ਕਹਿੰਦੀ ਨਹੀਂ ਹੈਗੇ ਵਧੀਆ ਆ, ਕਿਉਂਕਿ ਇਹੋ ਜਿਹੇ ਇਨਸਾਨ ਨਾਲ ਨਹੀਂ ਰਹਿ ਹੋਣਾ ਜਿਹੜਾ ਇਨਸਾਨ ਆਪਣੀ ਘਰ ਵਾਲੀ ਨੂੰ ਆਪਣੇ ਬੱਚਿਆਂ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿ ਸਕਦਾ ਆ। ਉਹ ਹੁਣ ਵੀ ਸਾਹਮਣੇ ਆਉਂਦਾ ਆਵੇ ਜਾਂ ਮਾਫ਼ੀ ਵੀ ਮੰਗੇ, ਮੈਂ ਉਸ ਇਨਸਾਨ ਨੂੰ ਕਦੇ ਮਾਫ਼ੀ ਨਹੀਂ ਕਰ ਸਕਦੀ। ਜੀ, ਮਿਲਦੇ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਹੁਣ ਜਾਂ ਨਹੀਂ? ਐਕਚੁਅਲੀ ਜਦੋਂ ਸਾਡੀ ਮੈਰਿਜ ਹੋਈ ਆ, ਸਾਡੀ ਮੇਰੀ ਮੈਰਿਜ ਦਾ ਕਿਸੇ ਨੂੰ ਨਹੀਂ ਪਤਾ, ਨਾ ਸੋਸ਼ਲ ਮੀਡੀਆ 'ਤੇ ਪਤਾ ਕਿਸੇ ਨੂੰ, ਮੈਂ ਤਾਂ ਨਹੀਂ ਦੱਸਿਆ ਸੀਗਾ ਵੀ, ਮੇਰੇ ਦਾਦਾ ਦਾਦੀ ਅਤੇ ਮੇਰੇ ਪਾਪਾ ਨੂੰ ਕਿਸੇ ਨੂੰ ਵੀ ਪਤਾ ਨਾ ਲੱਗੇ। ਮੇਰੀ ਮੰਮਾ ਬਹੁਤ ਡਰਦੇ ਇਸ ਗੱਲ ਤੋਂ ਵੀ ਉਹਨਾਂ ਨੇ ਆ ਕੇ ਬਹੁਤ ਜ਼ਿਆਦਾ ਕੰਮ ਖਰਾਬ ਕਰਨਾ ਸੀਗਾ ਵਿਆਹ ਦਾ ਸਾਡਾ, ਤਾਂ ਕਰਕੇ ਫਿਰ ਅਸੀਂ
ਸਿਰਫ ਲਾਵਾਂ ਲਈਆਂ, ਕੁਛ ਲੈਣ ਦੇਣ ਨਹੀਂ ਕੀਤਾ, ਕੁਛ ਵੀ ਨਹੀਂ ਕੀਤਾ, ਅਸੀਂ ਸਿੰਪਲ ਵਿਆਹ ਕੀਤਾ। ਮੈਨੂੰ ਮੈਸੇਜ ਵੀ ਕਾਫੀ ਆਏ, ਮੈਮ ਤੁਸੀਂ ਚੋਰੀ ਵਿਆਹ ਕਰਾਇਆ ਜਾਂ ਕਿੱਦਾਂ ਆ ਜਾਂ ਕਿੱਦਾਂ ਆ। ਇੱਥੋਂ ਤੱਕ ਕਿ ਮੇਰੇ ਪਿੰਡ ਦਿਆਂ ਨੂੰ ਵੀ ਨਹੀਂ ਪਤਾ ਸੀਗਾ ਕਿ ਅਸੀਂ ਵਿਆਹ, ਮੇਰਾ ਵਿਆਹ ਆ, ਕਿਤੇ ਵੀ ਨਹੀਂ ਕਿਸੇ ਨੂੰ ਦੱਸਿਆ ਸੀਗਾ ਅਸੀਂ। ਅਤੇ ਜਦੋਂ ਮੇਰੇ ਵਿਆਹ ਦਾ ਪਤਾ ਲੱਗਾ, 2-3 ਹਫ਼ਤਿਆਂ ਬਾਅਦ ਹੀ ਮੇਰੇ ਪਾਪਾ ਆ ਗਏ ਸੀਗੇ ਘਰ ਸਾਡੇ, ਅਤੇ ਆ ਕੇ ਫਿਰ ਪੁੱਛਿਆ ਵੀ ਹਾਂ ਵੀ ਉਹਦਾ ਵਿਆਹ ਕਰਤਾ ਤੁਸੀਂ, ਦੱਸਿਆ ਨਹੀਂ। ਮੈਂ ਇੱਥੋਂ ਤੱਕ ਕਿ ਮੇਰੇ ਦਾਦਾ ਦਾਦੀ ਬਿਮਾਰ ਹੋ ਗਏ, ਖੁਸ਼ ਨਹੀਂ ਹੋਏ ਵੀ ਸਾਡੀ ਪੋਤੀ ਦਾ ਵਿਆਹ ਹੋ ਗਿਆ, ਬਿਮਾਰ ਹੋ ਗਏ ਸੀ ਉਹ। ਅਤੇ ਫਾਦਰ ਸਾਹਿਬ ਤੁਹਾਡੇ ਤੋਂ ਸਾਨੂੰ ਆ ਕੇ, ਐਕਚੁਅਲੀ ਉਸ ਟਾਈਮ ਮੈਂ ਜੋਬ 'ਤੇ ਸੀਗੀ, ਅਤੇ ਮੈਰਿਜ ਤੋਂ ਬਾਅਦ ਵੀ ਮੈਂ 2 ਮੰਥ ਜੋਬ ਕੀਤੀ ਸੀਗੀ, ਅਤੇ ਉਦੋਂ ਮੈਂ ਜੋਬ 'ਤੇ ਸੀਗੀ, ਮੈਨੂੰ ਮੇਰੀ ਸਿਸਟਰ ਦਾ ਫੋਨ ਆਇਆ, ਕਹਿੰਦੇ ਆਪਣੇ ਪਾਪਾ ਆ ਗਏ ਆ। ਅਤੇ ਮੈਂ ਕਿਹਾ ਵੀ ਮੈਨੂੰ ਲੱਗਾ ਸ਼ਾਇਦ ਮਜ਼ਾਕ ਕਰਦੀ ਹੋਣੀ ਆ, ਨਹੀਂ ਕਹਿੰਦੀ ਸੱਚੀ ਆਏ ਹੋਏ ਆ। ਅਤੇ ਮੈਂ ਘਰ ਉੱਧਰ ਨਹੀਂ ਗਈ ਸੀ, ਫਿਰ ਮੈਂ ਆਪਣੇ ਉੱਧਰ ਆਪਣੇ ਹਸਬੈਂਡ ਕੋਲ ਚਲੀ ਗਈ ਸੀਗੀ। ਮੈਂ ਉਹਨਾਂ ਨੂੰ ਨਹੀਂ ਦੇਖਣਾ ਚਾਹੁੰਦੀ, ਨਾ ਮੇਰੇ ਨਾਲ ਗੱਲ ਵੀ ਕਰਨਾ ਚਾਹੁੰਦੇ ਆ ਜਾਂ ਕਿੱਦਾਂ, ਮੈਂ ਪਰ ਉਹਨਾਂ ਨਾਲ ਗੱਲ ਨਹੀਂ ਕਦੇ ਕੀਤੀ ਹੈਗੀ। ਜਦੋਂ ਤੁਸੀਂ ਆਪਣੀ ਮਦਰ ਨੂੰ ਸਟਰਗਲ ਕਰਦੇ ਦੇਖਦੇ ਸੀਗੇ, ਉਸ ਟਾਈਮ ਤੁਹਾਡੇ ਮਨ 'ਤੇ ਕੀ ਬੀਤ ਰਹੀ ਸੀ? ਜਦੋਂ ਮੈਨੂੰ ਸੁਰਤ ਆਉਣੀ ਹੌਲੀ ਹੌਲੀ ਜਿੱਦਾਂ ਸ਼ੁਰੂ ਹੋਈ, ਬਚਪਨ 'ਚ ਤਾਂ ਨਹੀਂ ਇੰਨਾ ਜ਼ਿਆਦਾ ਪਤਾ ਹੁੰਦਾ ਬੱਚੇ ਨੂੰ, ਜਿੱਦਾਂ ਜਿੱਦਾਂ ਹੌਲੀ ਹੌਲੀ ਪੜ੍ਹੇ ਆ, ਪੜ੍ਹਾਈ ਕੀਤੀ ਆ, ਲੋਕ ਲੋਕ ਕੇ ਮੰਮੀ ਨੂੰ ਰੋਂਦਿਆਂ ਨੂੰ ਵੀ ਦੇਖਿਆ ਆ। ਇਹ ਵੀ ਦਿਨ ਦੇਖਿਆ ਵੀ ਕਿਸੇ ਦਿਨ ਘਰ ਰੋਟੀ ਤੱਕ ਖਾਣ ਨੂੰ ਪੈਸੇ ਨਹੀਂ ਸੀ ਹੁੰਦੇ ਸਾਡੇ ਕੋਲ, ਇਹ ਵੀ ਅਸੀਂ ਦਿਨ ਦੇਖੇ ਆ। ਉਹ ਦਿਨ ਫਿਰ ਕਿਵੇਂ ਕੱਢੇ ਤੁਸੀਂ, ਜਿਸ ਤਰ੍ਹਾਂ ਦੀ ਦੱਸਦੇ ਵੀ ਕਿਸੇ ਟਾਈਮ ਰੋਟੀ ਖਾਣ ਨੂੰ ਪੈਸੇ ਨਹੀਂ ਹੁੰਦੇ ਸੀ ਜਾਂ ਰੋਟੀ ਖਾਣ ਨੂੰ ਨਹੀਂ ਹੁੰਦੀ ਸੀ? ਮੇਰੇ ਮੰਮਾ ਨੂੰ, ਮੰਮਾ ਮੇਰੇ ਦੀ ਆਦਤ ਆ, ਘਰੇ ਰੁਪਈਆ ਹੋਵੇ ਚਾਹੇ ਨਾ ਹੋਵੇ, ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਣਾ। ਸਾਡੇ ਮੇਰੀ ਮਾਸੀਆਂ, ਮਾਸੀ ਆ ਮੇਰੇ, ਉਹ ਵੀ ਬਹੁਤ ਵਧੀਆ ਪਰਿਵਾਰ 'ਚੋਂ ਆ, ਮੇਰੇ ਮਾਮੇ ਆ, ਮਤਲਬ ਕਿ ਆਪਣੇ ਆਪਣੇ ਘਰ ਸਾਰੇ ਸੈੱਟ ਆ। ਮੇਰੇ ਇੱਕ ਛੋਟਾ ਮਾਮਾ ਹੀ ਆ ਜਿਹੜਾ ਮੇਰੇ ਸਾਡੇ ਨਾਲ ਰਹਿੰਦਾ ਮੇਰੀ ਮੰਮੀ ਨਾਲ, ਬਟ ਉਹ ਇੱਕ ਘਰ 'ਚ ਹੋ ਕੇ ਵੀ ਅਲੱਗ ਆ ਜਿੱਦਾਂ, ਅਤੇ ਉਹ ਵੀ ਜਿੱਦਾਂ ਵਧੀਆ ਆ। ਪਰ ਮੇਰੀ ਮੰਮੀ ਨੇ ਕਦੇ ਨਾ ਆਪਣੀ ਭੈਣ ਤੋਂ ਨਾ ਆਪਣੇ ਭਰਾਵਾਂ ਤੋਂ ਕਦੇ ਵੀ ਕਿਸੇ ਤੋਂ ਪੈਸੇ ਨਹੀਂ ਮੰਗੇ ਕਦੇ ਵੀ। ਕਿਸੇ ਰਿਸ਼ਤੇਦਾਰ ਨੇ ਸਪੋਰਟ ਨਹੀਂ ਕੀਤਾ ਇੰਨੇ ਦਿਨ ਮਾੜੇ ਹੰਢਾਏ ਤੁਸੀਂ? ਨਹੀਂ। ਕੀ ਕਹਿੰਦੇ ਸੀ ਰਿਸ਼ਤੇਦਾਰ ਉਸ ਟਾਈਮ ਤੁਹਾਨੂੰ? ਉਹ ਪੁੱਛੂਗੇ ਤਾਂ ਫਿਰ ਹੀ ਦੱਸਾਂ ਤੁਹਾਨੂੰ। ਉਹਨਾਂ ਨੇ ਕਦੇ ਇਹ ਨਹੀਂ ਕਿ ਫੋਨ ਕਰਕੇ ਹੋਰ ਗੱਲਾਂ ਜ਼ਰੂਰ ਹੁਣ ਦੀ ਵੀ ਗੱਲ ਆ, ਹੋਰ ਗੱਲਾਂ ਜ਼ਰੂਰ ਕਰ ਲੈਂਦੇ ਆ, ਹਾਂ ਵੀ ਕਿੱਦਾਂ ਕਿੱਦਾਂ ਨਹੀਂ। ਉਹਨਾਂ ਨੇ ਕਦੇ ਇਹ ਨਹੀਂ ਪੁੱਛਿਆ ਵੀ ਤੁਹਾਡਾ ਗੁਜ਼ਾਰਾ ਕਿੱਦਾਂ ਹੁੰਦਾ ਆ। ਅੱਗੇ ਮੈਂ ਸੀ, ਮੈਂ ਅੱਗੇ ਪ੍ਰਾਈਵੇਟ ਪੜ੍ਹੀ, MA ਮੇਰੀ ਪ੍ਰਾਈਵੇਟ ਹੋਈ ਆ, ਮੈਂ ਨਾਲ ਨਾਲ ਜੋਬ ਵੀ ਕੀਤੀ 2 ਸਾਲ। ਮੈਂ ਆਪਣੀ ਮੰਮੀ ਦੀ ਹੈਲਪ ਕਰਦੀ ਰਹੀ ਜਿੰਨਾ ਟਾਈਮ ਤੱਕ ਮੇਰੇ ਤੋਂ ਹੁੰਦੀ ਰਹੀ ਆ, ਅਤੇ ਮੈਨੂੰ ਬਾਅਦ 'ਚੋਂ ਵੀ ਟੈਨਸ਼ਨ ਰਹਿੰਦੀ, ਹਜੇ ਵੀ ਮੈਂ ਟੈਨਸ਼ਨ ਰੱਖਦੀ ਹਾਂ ਵੀ ਕਿੱਦਾਂ ਹੋਣਾ ਆ। ਜਿਸ ਤਰ੍ਹਾਂ ਤੁਸੀਂ ਦੱਸਦੇ ਵੀ ਕਿ ਮੰਮੀ ਤੁਹਾਡੀ ਲੁੱਕ ਲੁੱਕ ਰੋਂਦੇ ਸੀ, ਮੰਮੀ ਤੁਹਾਡੇ ਡੋਲ ਜਾਂਦੇ ਸੀਗੇ, ਫਿਰ ਕਿਵੇਂ ਆਪਣੇ ਆਪ ਨੂੰ ਉਹ ਸੰਭਾਲਦੇ ਸੀ ਜਾਂ ਤੁਸੀਂ ਉਹਨਾਂ ਦੀ ਕਿੱਦਾਂ ਸਪੋਰਟ ਕਰਦੇ ਸੀ? ਫਿਰ ਸਾਡੇ ਸਾਹਮਣੇ ਉਹ ਕਦੇ ਨਹੀਂ ਰੋਏ, ਉਹ ਮਤਲਬ ਕਿ ਇਹੀ ਆ, ਉਹ ਸਾਡੇ ਸਾਹਮਣੇ ਇੱਦਾਂ ਰਹਿੰਦੇ ਆ ਵੀ ਹਾਂ ਵੀ ਮੈਂ ਠੀਕ ਹਾਂ, ਬਸ ਮੈਨੂੰ ਕੁਛ ਨਹੀਂ ਹੋਇਆ ਹੈਗਾ। ਜਦੋਂ ਤੁਹਾਡੇ ਫਾਦਰ ਸਾਹਿਬ ਨੇ ਐਡਾ ਵੱਡਾ ਸਟੈਪ ਚੁੱਕਿਆ, ਤੁਹਾਡੀ ਮੰਮੀ ਨੇ ਨਹੀਂ ਸੋਚਿਆ ਸੀਗਾ ਕਿ ਮੈਂ ਵੀ ਦੂਜਾ ਵਿਆਹ ਕਰਵਾ ਲਵਾਂ? ਬਹੁਤ ਜ਼ਿਆਦਾ ਨਾਨਾ ਨਾਨੀ ਨੂੰ ਵੀ, ਮਤਲਬ ਸਾਰੇ ਜਣੇ ਕਹਿੰਦੇ ਸੀ ਉਸ ਟਾਈਮ, ਇੰਨੀ ਉਮਰ ਵੀ ਮੰਮਾ ਦੀ ਹੈ ਨਹੀਂ ਸੀਗੀ ਵੀ ਨਹੀਂ ਤੁਸੀਂ ਕਰ ਲਓ। ਰਿਸ਼ਤੇ ਆਉਂਦੇ ਵੀ ਸੀ, ਮੰਮਾ ਕੋਲ ਜੋਬ ਸੀ, ਬਹੁਤ ਰਿਸ਼ਤੇ ਆਏ ਮੰਮਾ ਨੂੰ ਉਸ ਟਾਈਮ ਵੀ ਆਏ ਆ ਵੀ ਅਸੀਂ ਬੱਚੇ ਵੀ ਐਕਸੈਪਟ ਕਰ ਲਾਂਗੇ, ਪਰ ਮੰਮਾ ਨੇ ਸਾਡੇ ਕਰਕੇ ਆਪਣਾ ਨਹੀਂ ਸੋਚਿਆ ਉਹਨਾਂ ਨੇ। ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾ ਹੈ ਤੁਹਾਨੂੰ? ਹਾਂ ਕਹਿ ਸਕਦੇ ਹੈਗੀ, ਮੈਨੂੰ ਆਪਣੇ ਆਪ ਤੋਂ ਨਹੀਂ, ਮੈਨੂੰ ਮੇਰੀ ਮਾਂ ਨਾਲ ਆ, ਉਹਨੇ ਵਿਚਾਰੀ ਨੂੰ ਬਹੁਤ ਜ਼ਿਆਦਾ ਦੁੱਖ ਦੇਖੇ ਆ।
ਵਿਆਹ ਤੋਂ ਬਾਅਦ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਹੈ ਤੁਹਾਡੀ? ਵਿਆਹ ਤੋਂ ਬਾਅਦ ਤਾਂ ਜ਼ਿੰਦਗੀ ਵਧੀਆ ਆ, ਪਰ ਇਹ ਆ ਵੀ ਜੋ ਕੁਛ ਹੋਇਆ ਆ ਉਹ ਅੱਜ ਵੀ ਚੇਤੇ ਆ ਜਾਂਦਾ ਨਾ, ਮੈਂ ਆਪਣੇ ਹਸਬੈਂਡ ਨੂੰ ਵੀ ਦੱਸਦੀ ਹੁੰਦੀ ਹਾਂ, ਉਹ ਬਸ ਇਹੀ ਕਹਿ ਦਿੰਦੇ ਖੁਸ਼ੀ ਜੋ ਹੋ ਗਿਆ ਹੋ ਗਿਆ, ਹੁਣ ਆਪਾਂ ਮੰਮੀ ਨੂੰ ਕੋਈ ਦੁੱਖ ਨਹੀਂ ਆਉਣ ਦੇਣਾ ਹੈਗਾ। ਹਸਬੈਂਡ ਮੇਰੇ ਹਮੇਸ਼ਾ ਸਪੋਰਟ ਕਰਦੇ ਆ ਮੈਨੂੰ। ਅਕਸਰ ਹੀ ਸੋਸ਼ਲ ਮੀਡੀਆ 'ਤੇ ਬੈਡ ਕਮੈਂਟ ਵੀ ਆਉਂਦੇ ਨੇ, ਚੰਗੇ ਕਮੈਂਟ ਵੀ ਆਉਂਦੇ ਨੇ, ਜਦੋਂ ਲੋਕ ਬੈਡ ਕਮੈਂਟ ਕਰਦੇ ਨੇ ਉਦੋਂ ਰਿਸ਼ਤੇਦਾਰ ਆਂਢ ਗੁਆਂਢ ਜਾਂ ਹਸਬੈਂਡ ਤੁਹਾਡੇ ਜਾਂ ਤੁਸੀਂ ਦੇਖਦੇ ਹੋ ਬੈਡ ਕਮੈਂਟ, ਫਿਰ ਉਸ ਟਾਈਮ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਤੁਹਾਨੂੰ? ਮੈਂ ਐਕਚੁਲੀ ਪਹਿਲੀ ਗੱਲ ਮੈਂ ਪੋਸਟ 'ਤੇ ਆਪਣੇ ਅਕਾਊਂਟ 'ਤੇ ਸਾਰੇ ਡਿਲੀਟ ਕੀਤੇ, ਮੈਂ ਮਤਲਬ ਕਿ ਸ਼ੋਅ ਨਹੀਂ ਕਰਦੀ ਹੈਗੀ ਮੈਂ ਵੀ ਕੋਈ ਮੈਨੂੰ ਕਮੈਂਟ ਕਰੇ, ਮੈਂ ਪ੍ਰਾਈਵੇਸੀ ਲਗਾਈ ਹੋਈ ਆ। ਮੇਰੇ ਹਸਬੈਂਡ ਨੂੰ ਇਹ ਪਸੰਦ ਨਹੀਂ ਆ ਵੀ ਕੋਈ ਕੁਛ ਬੋਲੇ, ਮੇਰੀ ਆਦਤ ਆ ਮੈਂ ਬੋਲ ਦਿੰਦੀ ਹਾਂ, ਮੈਂ ਕਹਿ ਦਿੰਦੀ ਹਾਂ, ਫਿਰ ਪਤਾ ਕੋਈ ਮੁੰਡਾ ਗਲਤ ਬੋਲਦਾ ਹੈ ਅਤੇ ਫਿਰ ਅੱਗੇ ਕੁੜੀ ਬੋਲ ਦਿੰਦੀ, ਫਿਰ ਕਹਿ ਦਿੰਦੇ ਕੁੜੀ ਗਲਤ ਆ, ਇਸ ਗੱਲ ਕਰਕੇ ਫਿਰ ਮੇਰੇ ਕਮੈਂਟ ਹਮੇਸ਼ਾ ਆਫ ਰਹਿੰਦੇ। ਹਾਂ, ਸਟੋਰੀ ਦਾ ਰਿਪਲਾਈ ਜਦੋਂ ਮੈਂ ਦੇਖਦੀ ਹਾਂ, ਸਟੋਰੀ ਦਾ ਮੈਸੇਜ ਆਏ ਹੁੰਦੇ ਆ, ਰਿਪਲਾਈ ਕਰਦੇ ਹੁੰਦੇ ਨਾ ਲੋਕ ਮੈਨੂੰ। ਇੱਕ ਮੈਂ ਸਟੋਰੀ ਪਾਈ ਸੀਗੀ ਵੀ ਮੇਰੇ ਮੰਮਾ ਨੇ ਮਨਾ ਕੀਤਾ, ਮੇਰੇ ਮੰਮਾ ਨੇ ਉੱਧਰੋਂ ਮਨਾ ਕੀਤਾ ਆ ਕਿ ਮੇਰੇ ਹਸਬੈਂਡ ਦੀ ਨਹੀਂ ਤੂੰ ਵੀਡੀਓ ਪਾਉਣੀ ਹੈਗੀ, ਤੈਨੂੰ ਸ਼ੌਂਕ ਆ ਤੂੰ ਪਾ ਲਿਆ ਕਰ। ਇੱਕ ਨੇ ਮੈਨੂੰ ਮੈਸੇਜ ਕੀਤਾ ਕਹਿੰਦਾ ਕੀ ਗੱਲ ਤੇਰੀ ਮਾਂ ਨੇ ਤੈਨੂੰ ਮਨਾ ਨਹੀਂ ਕੀਤਾ ਸੀਗਾ। ਮੈਨੂੰ ਥੋੜ੍ਹਾ ਜਿਹਾ ਹੋਇਆ ਵੀ ਲੋਕ ਪਤਾ ਨਹੀਂ ਕੀ ਸੋਚਦੇ ਆ ਜਾਂ ਕਿੱਦਾਂ ਆ ਨਾ, ਉਹਨਾਂ ਦੀ ਸੋਚ ਉੱਥੇ ਕੀ ਆ, ਬਸ ਵੀ ਠੀਕ ਆ, ਕਮੈਂਟ ਜੋ ਮਰਜ਼ੀ ਕਰ ਦਿਉ ਬਿਨਾਂ ਸੋਚੇ ਸਮਝੇ, ਅਗਲਾ ਮੁਰੇ ਉਹਦੇ ਕੀ ਫੀਲ ਕਰੂੰਗਾ ਕੀ ਫੀਲ ਨਹੀਂ ਕਰੂੰਗਾ ਕੁਛ ਨਹੀਂ। ਮੈਨੂੰ ਇਹ ਵੀ ਕਹਿ ਦਿੰਦੇ ਵੀ ਤੁਸੀਂ ਮੈਮ ਲਾਈਵ ਹੋਇਆ ਕਰੋ, ਮੈਂ ਇਹਨਾਂ ਗੱਲਾਂ ਕਰਕੇ ਲਾਈਵ ਵੀ ਨਹੀਂ ਹੁੰਦੀ ਹੈਗੀ, ਮੈਨੂੰ ਪਤਾ ਮੁੰਡੇ ਕਿੱਦਾਂ ਦੇ ਕਮੈਂਟ ਕਰਦੇ ਆ। ਹਾਲਾਂਕਿ ਮੈਂ ਕਦੇ ਕੁਛ ਇੱਦਾਂ ਦੀ ਡਰੈਸ ਨਹੀਂ ਪਾਈ, ਮੈਂ ਹਮੇਸ਼ਾ ਸੂਟਾਂ ਵਿੱਚ ਹੀ ਵੀਡੀਓ ਸਫਾਈਆਂ ਆ, ਮੇਰੀ ਕੋਈ ਵੀ ਡਰੈਸ ਇੱਦਾਂ ਦੀ ਨਹੀਂ ਹੋਣੀ ਹੈਗੀ ਜਿਹ 'ਚ ਹਾਂ ਲੱਗੇ ਵੀ ਮੈਂ ਸ਼ਰਮ ਕਰਾਂ ਜਾਂ ਕੁਛ ਇੱਦਾਂ। ਜੀ, ਅਤੇ ਜਦੋਂ ਚੰਗੇ ਕਮੈਂਟ ਆਉਂਦੇ ਨੇ ਫਿਰ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਆ ਤੁਹਾਨੂੰ? ਫਿਰ ਵਧੀਆ ਲੱਗਦਾ ਆ, ਵਧੀਆ ਲੱਗਦਾ ਮੈਨੂੰ। ਇੱਥੇ ਵੀ ਫਗਵਾੜੇ 'ਚ ਵੀ ਕਈ ਕੁੜੀਆਂ ਇੱਦਾਂ ਦੀਆਂ ਮਿਲੀਆਂ, ਬਹੁਤ ਖੁਸ਼ ਹੋ ਕੇ ਮਿਲੀਆਂ ਮੈਨੂੰ, ਫਿਰ ਮੈਸੇਜ ਵੀ ਕਰਦੀਆਂ ਆ ਉਹ, ਦੀਦੀ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਾ ਵੀ ਤੁਸੀਂ ਮਤਲਬ ਕਿ ਇਹੋ ਜਿਹੇ ਨਹੀਂ ਹੈਗੇ ਵੀ ਹਾਂ ਜੇ ਤੁਹਾਨੂੰ ਬੁਲਾਇਆ ਤੁਸੀਂ ਐਟੀਟਿਊਡ ਦਿਖਾਉਂਦੇ ਹਾਂ। ਮੈਨੂੰ ਖੁਦ ਨੂੰ ਕਦੇ ਕਦੇ ਫੀਲ ਨਹੀਂ ਹੁੰਦਾ ਮੈਂ ਸੱਚੀ, ਮੈਂ ਇੰਸਟਾਗ੍ਰਾਮ 'ਤੇ ਹੈਗੀ ਹਾਂ, ਲੋਕ ਮੈਨੂੰ ਇੰਨਾ ਦੇਖਦੇ ਆ। ਪਹਿਲਾਂ ਨੂਰਮਹਿਲ ਸਾਈਡ ਮੈਨੂੰ ਬਹੁਤ ਲੋਕ ਸੀਗੇ, ਮੈਨੂੰ ਜੇ ਮੈਂ ਕਿਤੇ ਵੀਡੀਓਜ਼ ਬਣਾਉਂਦੀ ਹੋਵਾਂ ਉੱਥੇ ਮੈਨੂੰ ਉਹਨਾਂ ਨੇ ਦੇਖ ਲੈਣਾ, ਉਹਨਾਂ ਨੇ ਮੈਨੂੰ ਵੀਡੀਓ ਮੈਨੂੰ ਫੋਟੋਆਂ ਵੀ ਖਿਚਵਾਈਆਂ। ਇੱਥੇ ਵੀ ਫਗਵਾੜੇ 'ਚ ਮੈਨੂੰ ਕਈ ਲੋਕ ਮਿਲਦੇ ਆ, ਮੈਨੂੰ ਬੁਲਾਉਂਦੇ ਆ, ਕੁੜੀਆਂ ਮੋਸਟਲੀ ਬਹੁਤ ਆ ਉਹ ਮੈਨੂੰ ਬੁਲਾਉਂਦੀਆਂ ਆ ਕਿ ਦੀਦੀ ਤੁਸੀਂ ਵੀਡੀਓਜ਼ ਬਹੁਤ ਸੋਹਣੀਆਂ ਬਣਾਉਂਦੇ ਆ ਜਾਂ ਕਿੱਦਾਂ ਆ, ਬਸ ਉਹਨਾਂ ਨੂੰ ਇਹ ਆ ਦੀਦੀ ਤੁਸੀਂ ਸਿੰਪਲ ਰਹਿੰਦੇ ਆ ਸਾਨੂੰ ਸੋਹਣੇ ਲੱਗਦੇ ਆ ਜੀ। ਅਤੇ ਹੁਣ ਆਪਣੇ ਹਸਬੈਂਡ ਕਦੋਂ ਲੈ ਕੇ ਆ ਰਹੇ ਤੁਸੀਂ ਰੀਲਾਂ ਦੇ ਵਿੱਚ? ਹਸਬੈਂਡ ਦੀ ਮੈਂ ਵੀਡੀਓ ਅਪਲੋਡ ਇੱਕ ਕੀਤੀ ਤਾਂ ਹੋਈ ਆ, ਹੁਣ ਹੌਲੀ ਹੌਲੀ ਟਰਾਈ ਕਰਦੀ ਹਾਂ ਕਿ ਉਹਨਾਂ ਨੂੰ ਲੈ ਕੇ ਆਵਾਂ ਜਲਦੀ ਜੀ। ਸੋ ਲਾਸਟ ਦੇ ਵਿੱਚ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੈਡ ਕਮੈਂਟ ਕਰਦੇ, ਉਹਨਾਂ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ? ਉਹਨਾਂ ਨੂੰ ਤਾਂ ਮੈਂ ਤਾਂ ਕੀ ਜੱਜ, ਪਹਿਲੀ ਗੱਲ ਇਹ ਆਪਾਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਹੈਗੇ। ਜਿਹੜੇ ਲੋਕ ਹੁਣ ਇੰਸਟਾਗ੍ਰਾਮ 'ਤੇ ਕਈ ਲੋਕ ਹੈ, ਹਾਂ ਕੁੜੀਆਂ ਹੈਗੀਆਂ ਜਿਹੜੀਆਂ ਗਲਤ ਵੀਡੀਓਜ਼ ਪਾਉਂਦੀਆਂ ਆ, ਉਹ ਤਾਂ ਉਹਨਾਂ ਦੀ ਮਤਲਬ ਕਿ ਉਹਨਾਂ ਦੀ ਲਾਈਫ ਆ, ਆਪਾਂ ਕਿਸੇ ਦੀ ਲਾਈਫ ਨੂੰ ਨਹੀਂ ਜੱਜ ਕਰ ਸਕਦੇ ਹੈਗੇ। ਬਾਕੀ ਬੈਡ ਕਮੈਂਟ ਜਿਹੜੇ ਕਰਦੇ ਆ ਉਹਨਾਂ ਨੂੰ ਆਦਤ ਆ, ਉਹਨਾਂ ਨੇ ਕਦੇ ਵੀ ਨਹੀਂ ਸੁਧਰਨਾ ਹੈਗਾ। ਬਾਕੀ ਕਈਆਂ ਨੇ ਮੇਰੀਆਂ ਗੱਲਾਂ ਵਧੀਆ ਵੀ ਲੱਗਣੀਆਂ, ਕਈਆਂ ਨੂੰ ਗਲਤ ਵੀ ਲੱਗਣੀਆਂ, ਕਈਆਂ ਨੇ ਕਮੈਂਟ ਵੀ ਕਰਨੇ ਆ ਹਾਂ ਵੀ ਤੂੰ ਇੱਦਾਂ ਤੂੰ ਬਹੁਤ ਸਿਆਣੀ ਆ ਜਾਂ ਕਿੱਦਾਂ ਆ, ਪਰ ਮੈਂ ਕਿਸੇ ਬਾਰੇ ਇੱਦਾਂ ਨਹੀਂ ਕਦੇ ਵੀ ਸੋਚਿਆ ਨਾ। ਮੈਨੂੰ ਪਹਿਲੀ ਗੱਲ ਹੈ ਮੈਂ ਲੋਕਾਂ ਦੀ ਕਦੇ ਟੈਨਸ਼ਨ ਨਹੀਂ ਲਈ ਹੈਗੀ ਵੀ ਲੋਕ ਮੇਰੇ ਬਾਰੇ ਕੀ ਸੋਚਦੇ ਆ। ਲਾਸਟ ਦੇ ਵਿੱਚ ਤੁਸੀਂ ਆਪਣੇ ਇੰਸਟਾਗ੍ਰਾਮ ਆਈਡੀ ਦੱਸਣੇ ਚਾਹੋਗੇ ਜਾਂ ਕਿ ਹੋਰ ਜਿਹੜੇ ਫੈਨਸ ਨੇ ਤੁਹਾਡੇ ਤੁਹਾਡੇ ਨਾਲ ਜੁੜ ਸਕਣ? ਹਾਂਜੀ, ਪ੍ਰੀਤ ਖੁਸ਼ 786।
ਬਹੁਤ-ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਥੈਂਕ ਯੂ। ਇਸ ਭੈਣ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ, ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਸੰਘਰਸ਼ ਭੈਣ ਨੇ ਦੇਖਿਆ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ, ਵੱਧ ਤੋਂ ਵੱਧ ਸ਼ੇਅਰ ਕਰੋ, ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ।